ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸਿਨਰੀ 'ਤੇ। ਅਤੇ ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਕਰਨ ਔਜਲਾ ਦਾ ਕਲਿੱਕ ਡੈਡ ਵੀ ਕਿਕਿੰਗ ਇੱਟ ਗਾਣਾ ਇੱਕ ਦਿਨ ਵਿੱਚ 5 ਮਿਲੀਅਨ ਤੋਂ ਵੱਧ ਵਿਊ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਅਤੇ ਉੱਥੇ ਹੀ ਕਰਨ ਔਜਲਾ ਨੇ ਇਸ ਗੀਤ ਦੀਆਂ ਕੁਝ ਵੀਡੀਓਜ਼ ਅਤੇ ਕਲਿੱਪਸ ਆਪਣੇ ਸੋਸ਼ਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਲੇਕਿਨ ਜਦੋਂ ਉਹ ਆਪਣੇ ਗਾਣੇ ਨੂੰ ਟ੍ਰੈਂਡਿੰਗ ਸੈਕਸ਼ਨ ਵਿੱਚ ਘੁੰਮਦਾ ਦਿਖਾ ਰਿਹਾ ਸੀ ਤਾਂ ਗਲਤੀ ਨਾਲ ਉਸ ਦੀ ਸਟੋਰੀ ਵਿੱਚ ਸਿੱਧੂ ਮੂਸੇਵਾਲਾ ਦਾ ਆਊਟਲੋ ਗਾਣਾ ਵੀ ਆ ਗਿਆ, ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਫੈਲ ਗਈ। ਤਾਂ ਦੋਸਤੋ, ਕਰਨ ਔਜਲਾ ਨੇ ਜਾਣ ਬੁੱਝ ਕੇ ਇੱਦਾਂ ਨਹੀਂ ਕੀਤਾ, ਬਸ ਗਲਤੀ ਨਾਲ ਉਸ ਤੋਂ ਇੱਦਾਂ ਹੋਇਆ। ਅਤੇ ਤੁਸੀਂ ਔਜਲਾ ਦੇ ਕਲਿੱਕ ਡੈਡ ਵੀ ਕਿਕਿੰਗ ਇੱਟ ਗਾਣੇ ਨੂੰ 10 ਵਿੱਚੋਂ ਕਿੰਨੇ ਨੰਬਰ ਦਿੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਇਹ ਵੀਡੀਓ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਇੱਦਾਂ ਦੀ ਹੋਰਨਾਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ। ਪਾਰਲੀਮੈਂਟ ਤੱਕ ਚਰਚੇ ਨੇ ਪਿੱਠ ਪਿੱਛੇ ਮਾਰ ਗਈ।